हालेलुया। ਸੀਨੀਅਰ ਜਸ ਵੇ ਬੜੀ ਬਹੁਤ ਵੱਡੀ ਪਿੰਡ ਨਾਮ ਪਿਆਰਾ ਭਾਈ ਪਿੰਡ ਕੁਬਾਇਆ ਤੋਂ ਆਏ ਨੇ। ਹਾਂਜੀ ਹਾਂਜੀ। ਇਹਨਾਂ ਦੇ ਪੇਕਿਆਂ ਤੇ ਜ਼ਮੀਨ ਦੀ ਕਾਫੀ ਜ਼ਿਆਦਾ ਲੜਾਈ ਹੋ ਗਈ ਸੀ। ਹਾਂਜੀ। ਤੇ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਸੀ ਤੇ ਉਹਨਾਂ ਪਰਚਾ ਕਰਾ ਦਿੱਤਾ ਸੀ। ਤੇ ਉਹ ਪਰਚੇ ਚੋਂ ਕਹਿੰਦੇ ਸੀ ਵੀ ਨਾ ਕੱਢ ਦੋ ਤੇ ਨਾ ਨਹੀਂ ਨਿਕਲ ਰਿਹਾ ਸੀ। ਤੇ ਉਹਨਾਂ ਸੀਨੀਅਰ ਤੋਂ ਪ੍ਰਾਰਥਨਾ ਕਰਾਈ ਤੇ ਹੁਣ ਪਰਚਾ ਕੈਨਸਲ ਹੋ ਗਿਆ। ਸਾਰੇ ਬੋਲਾਂ ਲੈ ਲਈਆਂ। ਵੇਖੋ ਔਰ ਇਹਨਾਂ ਦੇ ਇਹ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਉਂਦੇ ਰਹੇ, ਲਗਾਤਾਰ ਆਉਂਦੇ ਰਹੇ ਔਰ ਕੁਝ ਟਾਈਮ ਇਹਨਾਂ ਮਹੀਨੇ ਦੇ ਕਰੀਬ ਛੁੱਟੀ ਕੀਤੀ ਔਰ ਸ਼ੈਤਾਨ ਨੇ ਵੇਖੋ ਇਹਨਾਂ ਦੇ ਰਿਸ਼ਤੇਦਾਰਾਂ ਤੇ ਪ੍ਰੋਬਲਮ ਆਈ ਔਰ ਅਚਾਨਕ ਪਰਮੇਸ਼ਰ ਮੈਨੂੰ ਕਹਿ ਰਹੇ ਸੀ ਕਹਿੰਦਾ ਪਿੰਡ ਕਬਾਏ ਚਲਿਆ ਜਾ ਔਰ ਮੈਂ ਇੱਥੇ ਲਮੋਚਰ ਕਲਾਇਆ ਔਰ ਪਰਮੇਸ਼ਰ ਯੀਸ਼ੂ ਮਸੀਹ ਮੈਨੂੰ ਲੈ ਕੇ ਆਇਆ ਕਬਾਏ ਔਰ ਜਦੋਂ ਮੈਂ ਇਹਨਾਂ ਦੇ ਘਰਾਂ ਦੇ ਕੋਲੋਂ ਲੰਘਿਆ ਔਰ ਇਹਨਾਂ ਮੈਨੂੰ ਆਵਾਜ਼ ਲਗਾਈ ਸੀਨੀਅਰ ਜੀ ਸਾਡੇ ਘਰੇ ਆ। ਸਾਰੇ ਬੋਲਾ ਲੈ ਲਈ ਆ। ਕਹਿੰਦੇ ਸਾਡੇ ਘਰ ਜ਼ਰੂਰ ਆ। ਮੈਂ ਕਿਹਾ ਦੱਸੋ। ਕਹਿੰਦੇ ਏਦਾਂ ਸਾਡੇ ਰਿਸ਼ਤੇਦਾਰਾਂ ਦੀ ਲੜਾਈ ਹੋ ਗਈ ਏ ਕਿ ਔਰ ਪਰਚੇ ਹੋ ਗਏ ਨੇ, ਏਦਾਂ ਪ੍ਰੋਬਲਮ ਆ ਗਈ ਏ, ਸਾਡਾ ਕੁਝ ਬਣ ਨਹੀਂ ਰਿਹਾ ਔਰ ਮੈਂ ਕਿਹਾ ਤੁਸੀਂ ਥੋੜਾ ਜਿਹਾ ਛੁੱਟੀ ਤੇ ਹੋਏ ਔਰ ਸ਼ੈਤਾਨ ਨੇ ਤੁਹਾਡੇ ਪਿੱਛੇ ਹਟਣ ਦੇ ਦੁਆਰਾ ਰਿਸ਼ਤੇਦਾਰਾਂ ਤੇ ਸ਼ੈਤਾਨ ਦਾ ਅਟੈਕ ਹੋਇਆ ਔਰ ਮੈਂ ਕਿਹਾ ਬਣੇ ਰਹੋ, ਪਰਮੇਸ਼ਰ ਤੁਹਾਡਾ ਸਟੈਂਡ ਉੱਚਾ ਕਰੇਗਾ। ਸਾਰੇ ਬੋਲਾਂ ਲੈ ਲਈਆ। ਮੈਂ ਕਿਹਾ ਜੋ ਹੋ ਗਿਆ ਚਲੋ, ਪ੍ਰੋਬਲਮ ਆਏ ਔਰ ਚਲੀ ਜਾਏਗੀ ਔਰ ਪਰਮੇਸ਼ਰ ਦੀ ਹਜ਼ੂਰੀ ਵਿੱਚ ਬਣੇ ਰਹੋ ਔਰ ਲਗਾਤਾਰ ਆ ਰਹੇ ਨੇ ਲਗਾਤਾਰ ਔਰ ਹੁਣ ਦੱਸ ਰਹੇ ਨੇ ਕਿ ਪਰਚੇ ਕੈਂਸਲ ਹੋ ਚੁੱਕੇ ਨੇ। ਜ਼ੋਰ ਦੀ ਤਾਰੀਫ ਕਰੋ। ਸਾਰੇ ਬੋਲਾਂ ਲੈ ਲਈਆ। ਔਰ ਪਰਮੇਸ਼ਰ ਦੀ ਹਜ਼ੂਰੀ ਦੇ ਆਉਣਾ, ਪਰਮੇਸ਼ਰ ਦੇ ਸਾਮਰਥ ਵਾਲੇ ਹੱਥ ਦੇ ਨੀਚੇ ਆਉਣਾ ਔਰ ਰਿਸ਼ਤੇਦਾਰਾਂ ਤੇ ਵੀ ਦਇਆ ਹੋ ਜਾਂਦੀ ਹੈ। ਜ਼ੋਰ ਦੀ ਤਾਰੀਫ ਕਰੋ। ਇੱਥੇ ਆਇਓ, ਤੁਹਾਡੇ ਦੁਆਰਾ ਰਿਸ਼ਤੇਦਾਰ ਬਚਾਏ ਜਾਂਦੇ ਨੇ। ਸਮਝ ਲੱਗ ਰਹੀ ਹੈ? ਪਰਮੇਸ਼ਰ ਨੇ ਦਇਆ ਕੀਤੀ, ਹੁਣ ਸਾਰੀ ਦਾ ਕੰਮ ਸ਼ੁਰੂ ਕਰਨ ਜਾ ਰਹੇ ਨੇ, ਮੈਨੂੰ ਵੀ ਪਤਾ ਚੱਲਿਆ। ਸਾਰੇ ਬੋਲਾਂ ਲੈ ਲਈ ਆ। ਪਰਮੇਸ਼ਰ ਬਲੈਸ ਕਰੇ। ਹਾਂਜੀ ਬੈਠ ਜਾਓ।